पंद्रह मकड़ी दी हिम्मत। एक सी राजा हुआ अपनी प्रजा दा बहुत ध्यान रखदा सी। प्रजा भी अपने राजे दा बहुत सतिकार करती सी। एक बार दी गल है कि किसे दूसरे देश दे राजे ने उस देश उत्ते हमला कर दिता। राजे दिया फौजा बहुत बहादुरी नाल लड़िया परंतु राजे दी हार हो गई। राजा दुश्मन दिया फौजा बहुत तो बचदा होया दूर चल गया। वह जंगल दी एक गुफा विच रह लगा। अच्छा हुण सिमरन ने जिहड़ा लैसन है इहदा मेन की हैगा, किहड़े बारे लैसन है, की लैसन दा नाम की है? मकड़ी दी मथा। इहदे विच कौन कौन हुंदा, मेन कौन कौन है इहदे विच? इहदे उत्ते कहानी है, इक कहानी दे विच कौन है? इक मकड़ी, हाँ राजा, हाँ राजा की, हाँ राजा दा की सीगा? राजा अपनी प्रजा दा ध्यान बहुत की करदा सी, बहुत ध्यान रखदा हुंदा सी अपनी राजा दा, है ना। ਅਤੇ ਪ੍ਰਜਾ ਵੀ ਉਹਦਾ ਕਿੰਨਾ ਜ਼ਿਆਦਾ ਸਤਿਕਾਰ ਕਰਦੀ ਹੁੰਦੀ ਸੀ ਪ੍ਰਜਾ ਉਹਦਾ, ਹੈ ਨਾ। ਉਸ ਤੋਂ ਬਾਅਦ ਕਿ ਇੱਕ ਵਾਰ ਕੀ ਹੁੰਦਾ, ਦੂਜੇ ਦੇਸ਼ ਨੇ, ਬੋਲੋ, ਦੂਜੇ ਦੇਸ਼ ਨੇ ਰਾਜੇ ਉੱਤੇ ਹਮਲਾ ਕਰ ਦਿੱਤਾ। ਹਾਂ ਅੱਛਾ, ਫਿਰ ਕੀ ਕੀਤਾ ਉਹਦੀਆਂ ਜਿਹੜੀਆਂ ਸੀਗੀਆਂ ਫੌਜਾਂ ਬਹੁਤ ਬਹਾਦਰੀ ਨਾਲ, ਹਾਂ ਪਰੰਤੂ ਪਰ ਕੀ ਹੋਇਆ, ਰਾਜਾ ਹਾਰ ਗਿਆ। ਹਾਂ ਚੱਲ ਦੂਜੇ ਬੋਲੋ। कारोबार दूर दूर तक फैलिया होया सी। वह एक था तो समान खरीदा ਦੂਜੀ ਥਾਂ ਵਿੱਚ ਦਿੰਦਾ। ਇਸ ਤਰ੍ਹਾਂ ਉਸ ਨੇ ਪੈਸਾ ਅਤੇ ਨਾਮ ਕਮਾਇਆ। ਹਾਂ ਰੇਸ਼ਮੀ, ਚਲੋ ਬੋਲੋ ਹੁਣ ਇਹ ਲੈਸਨ ਕਿਹੜੇ 'ਤੇ, ਕਿਹਦੇ 'ਚ ਲੈਸਨ 'ਚ ਕੀ ਆ? ਕੌਣ ਹੁੰਦਾ ਇੱਕ ਵਪਾਰੀ, ਕੌਣ ਹੁੰਦਾ ਵਪਾਰੀ? ਹਾਂ ਉਹਦਾ ਕਾਰੋਬਾਰ ਕਿੱਦਾਂ ਦਾ ਸੀਗਾ, ਬੋਲੋ, ਕਾਰੋਬਾਰ ਉਹਦਾ ਕਿੱਥੇ ਕਿੱਥੇ ਫੈਲਿਆ ਹੋਇਆ ਸੀ? ਦੂਰ ਦੂਰ ਤੱਕ ਕਿੱਥੇ ਕਿੱਥੇ ਫੈਲਿਆ ਸੀ? ਹਾਂ ਕਿੱਥੇ ਤੱਕ ਫੈਲਿਆ ਹੋਇਆ ਸੀ? ਹਾਂ ਉਹਦਾ ਸਮਾਨ ਕੌਣ ਕੌਣ ਖਰੀਦਦਾ ਸੀ? ਦੂਰੋਂ ਦੂਰੋਂ ਆਉਂਦੇ ਸੀਗੇ, ਠੀਕ ਹੈ, ਦੂਰੋਂ ਦੂਰੋਂ ਆ ਕੇ ਉਹਦਾ ਸਮਾਨ ਉਹ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਤੱਕ ਵੇਚ ਦਿੰਦਾ ਸੀ, ਠੀਕ ਹੈ। ਇਸ ਤਰ੍ਹਾਂ ਉਹਨੇ ਕੀ ਕੀਤਾ, ਬਹੁਤ ਕੀ ਕੀਤਾ ਸੀ, ਇਸ ਤਰ੍ਹਾਂ ਉਸਨੇ ਬਹੁਤ ਪੈਸਾ ਅਤੇ